ਸਕੂਨ ਦਿੱਤਾ ਹੋਏ। ਆਓ ਮੈਂ ਇੱਕ ਟੈਬਲੇਟ ਦੇ ਇੱਕ ਮਰੀਜ਼ ਪੇਸ਼ ਕਰਨ ਲੱਗਿਆ ਹਾਂ, ਇੱਕ ਇੰਜ ਦਾ ਪੇਸ਼ੈਂਟ ਪੇਸ਼ ਕਰਨ ਲੱਗਿਆ ਹਾਂ ਜਿਹੜਾ ਬੜਾ ਵੱਡਾ ਗੁਨਾਹਗਾਰ ਇਨਸਾਨ ਗਏ, ਰੱਬ ਦਾ ਜ਼ਿਕਰ ਕੀਤਾ, ਰੱਬ ਨੇ ਸਕੂਨ ਅਤਾ ਕਰ ਦਿੱਤਾ ਹੈ। ਕੌਣ ਗਏ? ਆਪ ਬੀਤੀ ਸੁਣਾਉਣ ਲੱਗਿਆ, ਏਡਾ ਵੱਡਾ ਗੁਨਾਹਗਾਰ ਇਨਸਾਨ ਗਏ, ਲੋਕਾਂ ਦਾ ਮਾਲ ਲੁੱਟਦਾ ਹੈ, ਆਪ ਨਹੀਂ ਬਲਕਿ 40 ਚੋਰਾਂ ਦੀ ਗੇਂਦ ਤਿਆਰ ਕੀਤੀ ਗਏ। ਅਲਾਮ ਨੁਬਾਲਾ ਦੇ ਅੰਦਰ ਇਮਾਮ ਜ਼ਾਹਬੀ ਰਹਿਮਤੁੱਲਾ ਅਲੈਹ ਇਹਨਾਂ ਦੀ ਜ਼ਿੰਦਗੀ ਦੇ ਸਵਾਨੇ ਹਾਜ਼ਰਤ ਲਿਖਦੇ ਨੇ, ਕਹਿੰਦੇ ਨੇ ਇਤਨਾ ਬੜਾ ਡਾਕੂ ਗਏ, ਲੋਕਾਂ ਦਾ ਮਾਲ ਲੁੱਟਣ ਵਾਸਤੇ ਆਪ ਨਹੀਂ 40 ਚੋਰਾਂ ਦੀ ਗੇਂਦ ਤਿਆਰ ਕੀਤੀ ਗਏ। ਸ਼ਾਮਾਂ ਪੈਂਦੀਆਂ ਫੁਜ਼ੈਲ ਬਿਨ ਅਯਾਜ਼ ਟੋਲੀਆਂ ਬਣਾ ਦਿੰਦਾ, ਜਾਓ ਫਲਾਂ ਇਲਾਕੇ ਦੀ ਰਾਹਗੀਰੀ ਕਰਕੇ ਆਓ, ਜਾਓ ਫਲਾਂ ਇਲਾਕੇ ਦੀ ਡਾਕਾਜ਼ਨੀ ਕਰਕੇ ਆਓ, ਜਾਓ ਫਲਾਂ ਇਲਾਕੇ ਦਾ ਮਾਲ ਲੁੱਟ ਕੇ ਲੈ ਕੇ ਆਓ। ਫੁਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੈਂ ਆਪ ਬੀਤੀ ਸੁਣਾਉਣ ਲੱਗਿਆਂ ਕਾਂ। ਸੁਣੋ ਫੁਜ਼ੈਲ ਬਿਨ ਅਯਾਜ਼ ਦੀ ਜ਼ਬਾਨੀ, ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ਬਾਨੀ ਸਮਾਤ ਫਰਮਾਓ। ਕਹਿੰਦੇ ਅੱਧੀ ਰਾਤ ਦਾ ਵੇਲਾ ਹੋਇਆ, ਸਾਰੇ ਸ਼ਗਿਰਦ ਲੋਕਾਂ ਦਾ ਮਾਲ ਲੁੱਟਣ ਵਾਸਤੇ ਗਏ ਨੇ। ਫੁਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੇਰਾ ਦਿਲ ਕਹਿੰਦਾ ਫੁਜ਼ੈਲ ਸੁੱਤੀਆਂ ਰਾਤ ਗੁਜ਼ਾਰਦਾ ਪਿਆ, ਉਹ ਫਲਾਂ ਚੌਧਰੀ ਬੰਦਾ ਹੈ, ਚੱਲ ਉਸ ਬੰਦੇ ਚੌਧਰੀ ਦਾ ਘਰ ਲੁੱਟ ਕੇ ਲੈ ਕੇ ਆਈਏ। ਫੁਜ਼ੈਲ ਬਿਨ ਅਯਾਜ਼ ਫਰਮਾਉਂਦਾ ਅੱਧੀ ਰਾਤ ਦਾ ਵੇਲਾ ਹੁੰਦਾ, ਮੈਂ ਉਸ ਘਰ ਨੂੰ ਲੁੱਟਣ ਵਾਸਤੇ ਚਲਾ ਜਾਂਦਾ, ਪੱਥਰਾਂ ਦਾ ਬਣਿਆ, ਇੱਟਾਂ ਦਾ ਬਣਿਆ ਮਹੱਲ ਮਕਮਾ, ਔਰ ਕਿਬਲਾ ਨਮਾ, ਔਰ ਇਸ ਤਰ੍ਹਾਂ ਉਹ ਕਿਲਾ ਨਮਾ ਮਕਾਨ ਬਣਿਆ ਹੋਇਆ, ਉਸ ਮਕਾਨ ਦੇ ਅੰਦਰ ਦਾਖਲ ਹੋਣ ਦੀਆਂ ਤਰਕੀਬਾਂ ਸੋਚਣਾ ਪਿਆ। ਫੁਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਲੋਗੋ ਮੈਂ ਪੱਥਰਾਂ ਤੇ ਇੱਟਾਂ ਨੂੰ ਹੱਥ ਪਾਉਂਦਾ ਪਾਉਂਦਾ ਮਕਾਨ ਦੀ ਛੱਤ ਦੀ ਤਰਫ ਜਾ ਰਿਹਾ। ਕਹਿੰਦਾ ਲੋਗੋ ਮੈਂ ਜਿਸ ਘਰ ਨੂੰ ਲੁੱਟਣ ਵਾਸਤੇ ਮਕਾਨ ਦੀ ਛੱਤ ਤੇ ਚੜਨਾ ਪਿਆ, ਉਸ ਘਰ ਚੋਂ ਅੱਲਾ ਦੇ ਜ਼ਿਕਰ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ, ਅੱਲਾ ਅੱਲਾ ਅੱਲਾ, ਉਸ ਘਰ ਦੇ ਅੰਦਰ ਅੱਲਾ ਦਾ ਜ਼ਿਕਰ ਪੜਿਆ ਜਾ ਰਿਹਾ ਹੈ, ਅੱਲਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਫੁਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਜ਼ਿਕਰ ਕਰਨ ਵਾਲਾ ਵੀ ਕੋਈ ਦਿਲੋਂ ਹੋ ਕੇ ਰੱਬ ਦਾ ਜ਼ਿਕਰ ਕਰਦਾ ਪਿਆ, ਜ਼ਿਕਰ ਪੜਨ ਵਾਲਾ ਵੀ ਅੱਖਾਂ ਡੋਲ ਕੇ ਰੱਬ ਦਾ ਜ਼ਿਕਰ ਪੜਦਾ ਪਿਆ, ਜ਼ਿਕਰ ਕਰਨ ਵਾਲਾ ਵੀ ਹਿਚਕੀਆਂ ਤੇ ਸਿਸਕੀਆਂ ਭਰ ਕੇ ਰੱਬ ਦੇ ਕੁਰਾਨ ਦੀਆਂ ਤਿਲਾਵਤਾਂ ਕਰਦਾ ਪਿਆ। ਉਹ 24 ਚੱਕ ਦਿਆ ਬਾਸੀਆ ਮੈਂ ਰੱਬੇ ਕਿਬਰੀਆਂ ਦੀ ਕਸਮ ਉਠਾ ਕੇ ਕਹਿਣਾ ਦਿਲੋਂ ਹੋ ਕੇ ਰੱਬ ਦਾ ਜ਼ਿਕਰ ਕੀਤਾ ਜਾਏ, ਰੱਬ ਘਰ ਲੁੱਟਣ ਤੋਂ ਵੀ ਬਚਾ ਲੈਂਦਾ, ਰੱਬ ਮਾਂ ਲੁੱਟਣ ਤੋਂ ਵੀ ਬਚਾ ਲੈਂਦਾ। ਫੁਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੈਂ ਇੰਜ ਕਰਕੇ ਸੁਣਿਆ ਰੱਬੇ ਕਾਇਨਾਤ ਦੇ ਕੁਰਾਨ ਦੀਆਂ ਤਿਲਾਵਤਾਂ ਹੁੰਦੀਆਂ ਪਈਆਂ ਨੇ, ਰੱਬੇ ਕਾਇਨਾਤ ਦਾ ਕੁਰਾਨ ਪੜਿਆ ਜਾ ਰਿਹਾ। ਕਹਿੰਦੇ ਕੁਰਾਨ ਦੀ ਤਿਲਾਵਤ ਸੁਣਦਿਆਂ ਸੁਣਦਿਆਂ ਇਸ ਬੰਦੇ ਨੇ ਕੁਰਾਨ ਦੀ ਇਕਾਇਤ ਤੇ ਗਿਰਾ ਲਗਾ ਲਈ, ਬਾਰ ਬਾਰ ਰੱਬ ਦੇ ਕੁਰਾਨ ਦੀ ਸਹਿਤ ਨੂੰ ਪੜਦਾ ਪਿਆ, ਨਾਲੇ ਰੋਂਦਾ ਪਿਆ ਹੈ, ਜਾਣਦੇ ਜੇ ਕੀ ਪੜਦਾ। ਸੂਰਾ ਅਲ ਹਦੀਦ, ਸੂਰਾ ਅਲ ਹਦੀਦ ਦੀ ਐਤ ਨੰਬਰ 16 ਪੜਦਾ ਪਿਆ। ਮਜ਼ੇ ਦੀ ਬਾਤ ਹੈ ਜਿਹੜੀ ਐਤ ਪੜਦਾ ਪਿਆ ਉਸ ਐਤ ਦੇ ਅੰਦਰ ਵੀ ਅੱਲਾ ਨੇ ਦਿਲ ਦਾ ਹੀ ਤਜ਼ਕਰਾ ਫਰਮਾਇਆ। ਪੜਦਿਆਂ ਪੜਦਿਆਂ ਇਸ ਐਤ ਤੇ ਪਹੁੰਚੇ, ਅਲਮ ਯਅਨੀ ਲਜ਼ੀਨਾ ਆਮਨੂ ਅਨ ਤਖਸ਼ਾ ਕੁਲੂਬੁਹੁਮ ਬਿਜ਼ਿਕਰਿਲਲਾ ਤਤਮਾਇਨੁਲ ਕੁਲੂਬ। ਅੱਲਾ ਅੱਲਾ ਅੱਲਾ, ਮਾਸ਼ਾ ਅੱਲਾ, ਦਿਲ ਦੀਆਂ ਵੀ ਗੱਲਾਂ ਹੁੰਦੀਆਂ ਪਈਆਂ ਤੇ ਦਿਲ ਦਾ ਮੌਲਵੀ ਵੀ ਤੁਹਾਡਾ ਆ ਗਿਆ, ਮੌਲਾਨਾ ਨਾਸਰ ਮਦਨੀ ਸਾਹਿਬ ਪਹੁੰਚ ਗਏ ਨੇ ਮਾਸ਼ਾ, ਤੇ ਉਹਨਾਂ ਦਾ ਆਲਮਾਨਾ ਫਾਜ਼ਲਾਨਾ ਬਿਆਨ ਹੋਏਗਾ, ਲੇਕਿਨ ਉਹਨਾਂ ਤੋਂ ਪਹਿਲੇ ਨਹੀਂ ਮੈਂ ਬੰਦ ਕਰਨਾ, ਤੇ ਜਿਹੜੇ ਖਤੀਬਾਂ ਨੇ ਆਉਣਾ ਉਹਨਾਂ ਤੋਂ ਪਹਿਲੇ ਮੈਂ ਬੰਦ ਕਰਨਾ। ਆਓ ਜ਼ਰਾ ਬਾਤ ਸਮਾਤ ਫਰਮਾਓ। ਫੁਜ਼ੈਲ ਬਿਨ ਅਯਾਜ਼ ਕਹਿੰਦੇ ਨੇ ਮੈਂ ਕੁਰਾਨ ਦੀ ਐਤ ਸੁਣਨਾ ਪਿਆ ਤੇ ਸੁਣਦਿਆਂ ਸੁਣਦਿਆਂ ਮੇਰੇ ਦਿਲ ਨੂੰ ਰਿਕਤ ਪੈ ਗਈ, ਮੇਰੇ ਦਿਲ ਨੂੰ ਰੁੱਗ ਪੈ ਗਿਆ, ਮੇਰੇ ਦਿਲ ਨੂੰ ਨਿਚੋੜ ਲਿਆ ਇਸ ਕੁਰਾਨ ਦੀ ਐਤ ਨੇ। ਕਹਿੰਦਾ ਪੜ੍ਹਦਾ ਪਿਆ, ਰੋ ਕੇ ਪੜ੍ਹਦਾ ਪਿਆ, ਮੈਂ ਪੱਥਰਾਂ ਨੂੰ ਹੱਥ ਪਾਇਆ, ਚਿੰਬੜਿਆ ਖੜਾ ਦੀਵਾਰ ਦੇ ਨਾਲ ਤੇ ਕੁਰਾਨ ਦੀ ਐਤ ਮਜ਼ੇ ਦੇ ਨਾਲ ਸੁਣਨਾ ਪਿਆ। ਕਹਿੰਦਾ ਇਸ ਐਤ ਨੇ ਇੰਨਾ ਅਸਰ ਕੀਤਾ, ਕਹਿੰਦਾ ਇੱਟਾਂ ਨਾਲ ਹੱਥ ਛੁੱਟ ਗਿਆ, ਇਸ ਐਤ ਨੇ ਕਲੇਜੇ ਨੂੰ ਹੱਥ ਪਾ ਕੇ ਬੇਹੋਸ਼ ਕਰਕੇ ਜ਼ਮੀਨ 'ਤੇ ਸੁੱਟ ਦਿੱਤਾ। ਜਦੋਂ ਜ਼ਮੀਨ 'ਤੇ ਡਿੱਗਿਆ ਮੈਂ ਆਖਿਆ ਫੁਜ਼ੈਲ ਜ਼ਾਲਮਾ, ਰੱਬ ਦਾ ਕੁਰਾਨ ਕੀ ਕਹਿੰਦਾ? ਅਰਬੀ ਦਾ
ਸੀ, ਕੁਰਾਨ ਦੀ ਬੋਲੀ ਸਮਝਦਾ, ਕੁਰਾਨ ਦੇ ਫਹਿਮ ਨੂੰ ਸਮਝਦਾ ਸੀ, ਕੁਰਾਨ ਦਾ ਤਰਜਮਾ ਆਉਂਦਾ ਸੀ, ਤੇ ਰੱਬ ਦੇ ਕੁਰਾਨ ਨੇ ਆਖਿਆ ਉਹ ਕਿਹੜਾ ਦਿਨ ਆਏਗਾ ਜਦੋਂ ਰੱਬ ਤੋਂ ਡਰ ਕੇ ਤੁਸੀਂ ਇਮਾਨ ਲੈ ਕੇ ਆਓਗੇ। ਫਜ਼ੈਲ ਬਿਨ ਅਯਾਜ਼ ਕਹਿੰਦਾ ਇਸ ਐਤ ਨੇ ਨਿਚੋੜਿਆ, ਹੋਸ਼ ਆਈ, ਆਪਣੇ ਘਰ ਜਾਣਾ ਭੁੱਲ ਗਿਆ, ਮੈਂ ਰੱਬ ਦੇ ਘਰ ਮਸਜਿਦ ਦਾ ਘਰ ਮੰਨ ਲਿਆ। ਅੱਲਾਹ ਅੱਲਾਹ ਅੱਲਾਹ। ਫਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੈਂ ਮਸਜਿਦ ਦੀ ਤਰਫ ਚੱਲ ਪਿਆ, ਮੈਂ ਜਾਂਦਾ ਪਿਆ, ਨਾਲੇ ਰੋਂਦਾ ਜਾ ਰਿਹਾ, ਨਾਲੇ ਕੁਰਾਨ ਦੀ ਆਇਤ ਪੜ੍ਹਦਾ ਜਾ ਰਿਹਾ। ਅਲਮ ਯਤਨੀ ਨਿਲਦਰੀ ਨਾ ਆਮਨੂ ਅੰਤਕਸ਼ਾ ਕੁਲੂਬਹੁਮ ਲਿਜ਼ਿਕਰਿਲਾਹ। ਅੱਲਾਹ ਸੋਹਣਿਆ ਮੈਂ ਬੜਾ ਪਾਪੀ ਬੰਦਾ ਗਾ। ਫਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੈਂ ਵਜ਼ੂ ਕੀਤਾ, ਵਜ਼ੂ ਕਰਕੇ ਸਜਦੇ ਦੇ ਅੰਦਰ ਸੁਰ ਸੁੱਟਿਆ, ਆਸਮਾਨ ਵਾਲੇ ਰੱਬ ਨੂੰ ਰੋ ਕੇ ਕੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅੱਲਾ ਦੇਖਿਆਈ ਜ਼ਮਾਨੇ ਦਾ ਡਾਕੂ ਅੱਜ ਤੇਰੇ ਬੂਹੇ ਤੇ ਆ ਗਿਆ। ਅੱਲਾ ਦੇਖਿਆਈ ਗੁਨਾਹਾਂ ਦਾ ਲਿਬੜਿਆ ਅੱਜ ਤੇਰੇ ਬੂਹੇ ਤੇ ਆ ਗਿਆ। ਵੇਖਣਾ ਮਾਲਿਕਾ ਮੈਂ ਗੁਨਾਹਗਾਰ ਇਨਸਾਨ ਅੱਜ ਤੇਰੇ ਬੂਹੇ ਤੇ ਗੁਨਾਹਾਂ ਦੀਆਂ ਢੇਰੀਆਂ ਲੈ ਕੇ ਬੈਠ ਗਿਆ ਗਾ। ਮੈਂ ਕਹਿੰਦਾ ਫਜ਼ੈਲ ਨਾਲ ਰੋਂਦਾ ਹੋਏਗਾ, ਨਾਲੇ ਮੇਰੇ ਰੱਬ ਨੂੰ ਕਹਿੰਦਾ ਹੋਏਗਾ ਉਹ ਸੱਚਿਆ ਰੱਬਾ ਮੈਂ ਨਹੀਂ ਓਨੀ ਦੇਰ ਤੱਕ ਜਾਣਾ ਜਿੰਨੀ ਦੇਰ ਤੱਕ ਤੂੰ ਮੈਨੂੰ ਮਾਫ ਨਾ ਕੀਤਾ। ਨਾਲੇ ਰੋਂਦਾ ਹੋਏਗਾ, ਨਾਲੇ ਮੇਰੇ ਰੱਬ ਨੂੰ ਇੰਜ ਕਰਕੇ ਕਹਿੰਦਾ ਹੋਏਗਾ ਮੌਲਾ ਗਲਤੀਆਂ ਦੇ ਢੇਰ ਲੈ ਕੇ ਮੈਂ ਦਰ ਤੇਰੇ ਤੇ ਆ ਗਿਆ, ਮਾਫ ਕਰ ਦੇ, ਮਾਫ ਕਰ ਦੇ, ਮੈਂ ਤੇਰਾ ਨਾਮ ਪੁਕਾਰਿਆ। ਅੱਲਾਹ ਅੱਲਾਹ ਅੱਲਾਹ। ਫਜ਼ੈਲ ਬਿਨ ਅਯਾਜ਼ ਰੋਂਦੇ ਹੋਣਗੇ ਤੇ ਰੱਬ ਨੂੰ ਇੰਜ ਕਹਿੰਦੇ ਹੋਣਗੇ। ਮੈਂ ਕਹਿੰਦਾ ਨਾਲੇ ਰੋਂਦਾ ਹੋਏਗਾ ਤੇ ਇੰਜ ਕਹਿੰਦਾ ਹੋਏਗਾ, ਅਰਸ਼ਾਂ ਤੇ ਬੈਠਾ ਮੇਰਾ ਰੱਬ ਕਿਵੇਂ ਜਵਾਬ ਦਿੰਦਾ ਹੋਏਗਾ। ਰੱਬ ਕਹਿੰਦਾ ਹੋਏਗਾ ਹਾਂ ਬੰਦੇ ਤੂੰ ਦਰ ਮੇਰੇ ਤੇ ਮੈਂ ਬੜਾ ਗਫਾਰ ਹਾਂ, ਤੂੰ ਗਲਤੀ ਕਰਕੇ ਤੋਬਾ ਕਰ ਲਈ, ਹੁਣ ਮੈਂ ਤੇਰਾ ਯਾਰ ਹਾਂ। ਅੱਲਾਹ ਅੱਲਾਹ ਅੱਲਾਹ। ਫਜ਼ੈਲ ਬਿਨ ਅਯਾਜ਼ ਫਰਮਾਉਂਦੇ ਨੇ ਮੈਂ ਸਜਦੇ 'ਚ ਸਰ ਸੁੱਟਿਆ, ਹਜੇ ਮਨਾਨਾ ਹੀ ਪਿਆ, ਉਧਰੋਂ ਮਸਜਿਦ ਦਾ ਦਰਬਾਨ ਬੋਲਿਆ, ਕਹਿੰਦਾ ਨਮਾਜ਼ਿਓ ਜਲਦੀ ਕਰੋ, ਨਮਾਜ਼ ਖਤਮ ਕਰੋ, ਜਲਦੀ ਕਰੋ, ਨਮਾਜ਼ ਖਤਮ ਕਰੋ। ਪਤਾ ਲੱਗਿਆ ਪਿੰਡ ਦੇ ਅੰਦਰ ਫਜ਼ੈਲ ਬਿਨ ਅਯਾਜ਼ ਜ਼ਮਾਨੇ ਦਾ ਡਾਕੂ ਆ ਗਿਆ, ਜਲਦੀ ਕਰੋ, ਨਮਾਜ਼ ਖਤਮ ਕਰੋ। ਇਹ ਨਾ ਹੋਏ ਕਿਤੇ ਨਮਾਜ਼ ਦੇ ਅੰਦਰ ਆ ਕੇ ਜੇਬਾਂ ਖਾਲੀ ਕਰਕੇ ਨਾ ਲੈ ਜਾਏ। ਫਜ਼ੈਲ ਦਾ ਸਿਰ ਸਜਦੇ 'ਚ ਪਿਆ, ਧਾਵਾਂ ਨਿਕਲ ਗਈਆਂ, ਹਾਏ ਅੱਲਾ ਮੈਂ ਇਤਨਾ ਬੜਾ ਗੁਨਾਹਗਾਰ, ਤੇਰੇ ਬੰਦੇ ਤੇਰੇ ਘਰ 'ਚ ਵੀ ਮੇਰੀ ਸ਼ਰਤ ਦੀ ਵਜ੍ਹਾ ਤੋਂ ਨਮਾਜ਼ ਨਹੀਂ ਪੜ੍ਹਦੇ ਪਏ। ਅੱਲਾ ਮੈਂ ਏਡਾ ਹੀ ਗਿਰ ਚੁੱਕਿਆ, ਅੱਲਾ ਮੈਂ ਇਤਨਾ ਬੜਾ ਪਾਪੀ, ਅੱਲਾ ਮੈਂ ਇਤਨਾ ਬੜਾ ਸਿਆਹਕਾਰ, ਸੋਹਣਿਆ ਰੱਬਾ ਮੈਂ ਨਹੀਂ ਹੋ ਤੇਰੇ ਦਰ ਤੋਂ ਜਾਣਾ, ਮਾਫ ਕਰ ਦੇ। ਸਿਰ ਸਜਦੇ ਛੁੱਟ ਕੇ ਰੱਬ ਕੋਲੋਂ ਇਲਤਜਾ ਕੀਤੀ ਏ, ਰੱਬ ਨੂੰ ਜ਼ਿਕਰ ਕਰਨਾ, ਸਰ ਸਜਦੇ ਛੁੱਟਣਾ ਇੰਨਾ ਪਿਆਰਾ ਲੱਗਿਆ। ਰੱਬ ਨੇ ਫਜ਼ੈਲ ਬਿਨ ਅਯਾਜ਼ ਦੇ ਡਾਕੇ ਛਡਾ ਕੇ ਮੇਰੇ ਫਜ਼ੈਲ ਬਿਨ ਅਯਾਜ਼ ਨੂੰ ਆਪਣੇ ਖਾਨੇ ਕਾਬਾ ਦਾ ਇਮਾਮ ਹੀ ਬਣਾ ਛੱਡਿਆ। ਅੱਲਾਹ ਅਕਬਰ ਕਬੀਰਾ। ਆਪਣੀ ਜ਼ਿੰਦਗੀ ਦੇ ਅੰਦਰ ਫਜ਼ੈਲ ਬਿਨ ਅਯਾਜ਼ ਨੇ 27 ਨਮਾਜ਼ਾਂ ਖਾਨੇ ਕਾਬਾ ਦੇ ਅੰਦਰ ਪੜ੍ਹਾਈ। ਉਹ ਕਿੰਨੀਆਂ ਨਮਾਜ਼ਾਂ? ਕਿੱਥੇ? ਜਿੱਥੇ ਕੱਲਾ ਇੱਕ ਪੜ੍ਹਦਾ ਰੱਬ ਉਹਦੀ ਲੱਖ ਬਣਾ ਛੱਡਦਾ, ਤੇ ਜਿੰਨੇ ਲੱਖਾਂ ਨੂੰ ਪੜ੍ਹਾਈ ਹੋਏਗੀ ਰੱਬ ਨੂੰ ਕਿੰਨਾ ਪਿਆਰਾ ਲੱਗਿਆ ਹੋਏਗਾ। ਅੱਲਾ ਅੱਲਾ ਅੱਲਾ। ਉੱਥੇ ਤੇ ਕੱਲਾ ਇੱਕ ਪੜ੍ਹ ਲਏ ਤੇ ਲੱਖ, ਤੇ ਜਿਹੜਾ ਮਸੱਲੇ ਤੇ ਖੜ ਕੇ ਉੱਥੇ ਪੜ੍ਹਾਏ ਲੱਖਾਂ ਨੂੰ, ਉਹ ਰੱਬ ਨੂੰ ਕਿੰਨਾ ਪਿਆਰਾ ਲੱਗਿਆ ਹੋਏਗਾ। ਤੇ ਕਿਵੇਂ ਹੋਇਆ? ਇੱਕੋ ਐਤ ਸੁਣੀ। ਕੀ ਸੁਣਿਆ? ਪੂਰਾ ਪੂਰਾ ਕੁਰਾਨ ਸੁਣ ਲੈਂਦੇ ਹਾਂ, ਦਿਲ ਬਦਲਦਾ ਹੀ ਨਹੀਂ। ਉਹ ਪੂਰਾ ਪੂਰਾ ਕੁਰਾਨ ਸੁਣ ਲੈਂਦੇ ਹਾਂ, ਦਿਲ ਦੇ ਅੰਦਰ ਚੇਂਜਿੰਗ ਹੀ ਨਹੀਂ ਆਉਂਦੀ। ਜੇ ਪਹਿਲੇ ਸੂਦ ਖਾਧੀ ਜਾਂਦੇ ਉਸੇ ਤਰ੍ਹਾਂ ਹੀ, ਜੇ ਪਹਿਲੇ ਗਲਤ ਕਰਨੇ ਪਏ ਉਸੇ ਤਰ੍ਹਾਂ ਹੀ, ਜੇ ਪਹਿਲੇ ਹੱਕ ਖਾਧੀ ਜਾ ਰਹੇ ਉਸੇ ਤਰ੍ਹਾਂ ਹੀ। ਉਹ ਮੇਰਾ ਤੇਰਾ ਦਿਲ ਕਿਉਂ ਨਹੀਂ ਬਦਲਦਾ? ਮੈਂ ਦੱਸਣਾ, ਅਸੀਂ ਦਿਲੋਂ ਰੱਬ ਦਾ ਜ਼ਿਕਰ ਕਰਦੇ ਹੀ ਕੋਈ ਨਹੀਂ। ਦਿਲੋਂ ਜ਼ਿਕਰ ਕੀਤਾ ਜਾਏ, ਦਿਲੋਂ ਜ਼ਿਕਰ ਪੜ੍ਹਿਆ ਜਾਏ, ਦਿਲੋਂ ਜ਼ਿਕਰ ਸੁਣਿਆ ਜਾਏ, ਦਿਲ 'ਤੇ ਅਸਰ ਕਰਦਾ। ਇਕਬਾਲ ਵੀ ਬੋਲਿਆ ਨਾ, ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਮਗਰ ਤਾਕ 'ਤੇ ਪਰਵਾਜ਼ ਰੱਖਤੀ ਹੈ। ਜਿਹੜੀਆਂ ਦਿਲ 'ਚੋਂ ਨਿਕਲੋ ਦਿਲਾਂ 'ਤੇ ਸੱਟ 'ਤੇ ਲਾ ਹੀ ਜਾਇਆ ਕਰਦੀਆਂ ਨੇ। ਜਿਹੜੀਆਂ ਦਿਲਾਂ 'ਚੋਂ ਬੋਲੀਆਂ ਜਾਣ ਉਹ ਦਿਲ 'ਤੇ ਅਸਰ 'ਤੇ ਕਰ ਹੀ ਜਾਇਆ ਕਰਦੀਆਂ ਨੇ। ਜਿਹੜੀਆਂ ਦਿਲਾਂ 'ਚੋਂ ਨਿਕਲਣ ਉਹ ਦਿਲਾਂ ਨੂੰ ਤੇ ਚੀਰ ਜਾਇਆ ਹੀ ਕਰਦੀਆਂ ਨੇ। ਉਹ ਜਿਹੜੀਆਂ ਦਿਲ 'ਚੋਂ ਨਿਕਲਣ ਉਹ
ਅੱਖਾਂ ਨੂੰ ਡੋਲ ਜਾਇਆ ਕਰਦੀਆਂ ਨੇ, ਇਹ ਦਿਲੋਂ ਨਿਕਲੀਆਂ ਐਤਾਂ ਦਿਲ ਤੱਕ ਪਹੁੰਚੀਆਂ, ਰੱਬ ਨੇ ਦਿਲ ਬਦਲ ਛੱਡਿਆ। ਉਹ ਤੂੰ ਵੀ ਕਿਤੋਂ ਦਿਲੋਂ ਇੱਕ ਐਤ ਸੁਣ ਲੈ ਖੁਦਾ ਦੀ ਕਸਮੇ, ਔਰ ਉਹਦੇ 'ਤੇ ਅਮਲ ਕਰ ਲੈ, ਤੇਰੀ ਜ਼ਿੰਦਗੀ ਵਾਸਤੇ ਇਹੀ ਕਾਫੀ ਔਰ ਵਾਫੀ ਹੈ। ਹਜ਼ਰਾਤ ਦੀ ਵਿਕਾਰ ਪਤਾ ਲੱਗਿਆ, ਦਿਲੋਂ ਜ਼ਿਕਰ ਕੀਤਾ ਜਾਏ, ਦਿਲੋਂ ਜ਼ਿਕਰ ਪੜ੍ਹਿਆ ਜਾਏ, ਦਿਲੋਂ ਜ਼ਿਕਰ ਸੁਣਿਆ ਜਾਏ, ਤੇ ਬੰਦੇ ਦਾ ਦਿਲ ਮੂਮਨ ਮੂਮਨ ਹੋ ਜਾਂਦਾ ਹੈ। ਅੱਲਾਹ ਤਾਲਾ ਮੈਨੂੰ ਔਰ ਤੁਸਾਂ ਨੂੰ ਦਿਲ ਮੋਮਨ ਕਰਨ ਵਾਸਤੇ ਸਹੀ ਜ਼ਿਕਰ ਕਰਨ ਦੀ ਤੌਫੀਕ ਅਤਾ ਫਰਮਾਏ।